ਉਹਨੂੰ ਮੱਸੀ ਵਾਲਾ ਰੰਧਾਵਾ ਨਾ ਕਿਹਾ ਕਰੋ ਤੇ ਜਿੱਥੇ ਵੀ ਜਾਣਾ ਸ਼ਹਿਰ ਕਿਤੇ ਵੀ ਇਕੱਠ ਹੁੰਦਾ ਉਹਦੀ ਕਹਿੰਦੇ ਮੱਸੀ ਵਾਲਾ ਰੰਧਾਵਾ ਆ ਗਿਆ ਗੱਲ ਇਹ ਵੀ ਉਹਨੂੰ ਮੱਸੀ ਵਾਲਾ ਨਾ ਕਿਹਾ ਕਰੋ ਇਦੂ ਬਾਅਦ ਸ਼ਾਮ ਪਾਊ ਇੱਕ ਅੱਧੇ ਦੇ ਫੇਰ ਨਾ ਕਿਹੋ ਠੀਕ ਆ ਮੈਂ ਕਿਹੜਾ ਤੁਹਾਡੇ ਘਰੇ ਟੀ ਵੀ 'ਤੇ ਆਉਣਾ ਤੁਸੀਂ ਐਂ ਕਰੋ ਮੇਰਾ ਪੇਜ ਛੱਡ ਦਿਓ ਇੱਧਰੋਂ ਸਲੋਕ ਨਾ ਸੁਣ ਲਈ ਮੈਥੋਂ ਨਾ ਕਹਿ ਤੈਨੂੰ 50 ਵਾਰੀ ਕਹਿਤਾ ਮੈਂ ਅੱਜ ਮੇਰਾ ਲਾਈਵ ਹੋਣ ਦਾ ਮੇਨ ਕਾਰਨ ਇੱਕ ਪਹਿਲਾਂ ਇਹ ਗੱਲ ਸੁਣ ਲਓ ਜਿਹਦੇ ਜ਼ਿਆਦਾ ਮੱਖ ਲੜਦੀ ਆ ਜਿਨ੍ਹਾਂ ਨੂੰ ਮੇਰੀਆਂ ਵੀਡੀਓ ਵਧੀਆ ਨਹੀਂ ਲੱਗਦੀਆਂ ਮੇਰੀਆਂ ਸਿਸਟਮ ਮੇਰੀਆਂ ਗੱਲਾਂ ਵਧੀਆ ਨਹੀਂ ਲੱਗਦੀਆਂ ਉਹ ਕਮੈਂਟ ਉਹਨਾਂ ਨੂੰ ਗਲਤ ਕਰਨ ਦੀ ਲੋੜ ਨਹੀਂ ਜੇ ਮੈਂ ਕਿਹੜਾ ਤੁਹਾਡੇ ਘਰੇ ਟੀ ਵੀ 'ਤੇ ਆਉਣਾ ਤੁਸੀਂ ਐਂ ਕਰੋ ਮੇਰਾ ਪੇਜ ਛੱਡ ਦਿਓ ਨੰਬਰ 1 'ਤੇ ਤਾਂ ਇਹ ਗੱਲ ਆ ਵੀ ਜਿਹਨੇ ਗਲਤ ਮਲਤ ਕਮੈਂਟ ਕਰਨੇ ਉਹ ਪੇਜ ਛੱਡ ਦਿਓ ਤੁਹਾਡੇ ਘਰੇ ਮੈਂ ਟੀ ਵੀ 'ਤੇ ਨਹੀਂ ਚੱਲਦਾ ਧੱਕੇ ਨਾਲ ਨਹੀਂ ਤੁਹਾਡੇ ਘਰ ਆਉਂਦਾ ਜੇ ਤੁਸੀਂ ਆਉਂਦੇ ਹੋ ਦੇਖਦੇ ਹੋ ਫੇਰ ਆ ਤੁਸੀਂ ਨੰਬਰ 1 'ਤੇ ਤਾਂ ਕਮੈਂਟ ਗਲਤ ਕਰਨਾ ਹੋਵੇ ਪੇਜ ਛੱਡ ਦਿਓ ਨੰਬਰ 1 ਤਾਂ ਇਹ ਠੀਕ ਆ ਨੰਬਰ 2 'ਤੇ ਮੈਂ ਲਾਈਵ ਤਾਂ ਹੋਇਆ ਜਿਹੜੇ ਮਰਜ਼ੀ ਮੈਂ ਪਿੰਡ 'ਚ ਜਾਂਦਾ ਸ਼ਹਿਰ 'ਚ ਜਾਂਦਾ ਮੈਨੂੰ ਮੱਸੀ ਵਾਲਾ ਰੰਧਾਵਾ ਕਹਿੰਦੇ ਆ ਪਤੰਦਰੋ ਉਹ ਤਾਂ ਮੈਨੂੰ ਮੱਸੀ ਵਾਲਾ ਰੰਧਾਵਾ ਕਹਿ ਲੈਣ ਜਿਨ੍ਹਾਂ ਨੂੰ ਗੱਲਬਾਤ ਦਾ ਪਤਾ ਜਿਹਨੂੰ ਨਹੀਂ ਪਤਾ ਉਹ ਵੀ ਭੇਡ ਚਾਲੋ ਵੀ ਮੱਸੀ ਵਾਲਾ ਰੰਧਾਵਾ ਕਹੀ ਜਾਂਦੇ ਆ ਮੇਰੀ ਇੱਕ ਗੱਲ ਸੁਣ ਲਓ ਵੀ ਮੈਨੂੰ ਮੱਸੀ ਵਾਲਾ ਰੰਧਾਵਾ ਕਿਉਂ ਕਹਿੰਦੇ ਇਹ ਗੱਲ ਦਾ ਤੁਹਾਨੂੰ ਪਤਾ ਨਿੱਕਾ ਜੈਲਦਾਰ 3 'ਚ ਫਿਲਮ 'ਚ ਐਮੀ ਵਿਰਕ ਦੀ ਸੁਪਰ ਹਿੱਟ ਫਿਲਮ 'ਚ ਆਇਆ ਸੀ ਮੈਂ ਉਹਦੇ 'ਚ ਮੇਰਾ ਡਾਇਲੋਗ ਸੀਗਾ ਅਤੇ ਉਹ ਡਾਇਲੋਗ ਦਾ ਕਰਕੇ ਮੈਨੂੰ ਮੱਸੀ ਵਾਲਾ ਕਹਿਣ ਲੱਗ ਗਏ ਠੀਕ ਆ ਤਾਂ ਮੱਸੀ ਵਾਲਾ ਕਹਿੰਦੇ ਆ ਵਿੱਚੋਂ ਹੀ ਭੇਡ ਚਾਲ ਦੀ ਹੁਣ ਮੈਂ ਗੱਲ ਦੱਸਦਾ ਸਾਡੇ ਏਰੀਏ 'ਚ ਕੋਈ ਬੰਦਾ ਇਹ ਵਾਰ ਨੈਣਾ ਦੇਵੀ ਜਾਂਦਾ ਸੀ ਇਹ ਵਾਰ ਨੈਣਾ ਦੇਵੀ ਨੂੰ ਪੂਰਾ ਐਕਸਪੀਰੀਅੰਸ ਸੀਗਾ ਸਾਈਕਲ 'ਤੇ ਨੈਣਾ ਦੇਵੀ ਜਾਣ ਦਾ ਸਾਰਾ ਉਹਨੂੰ ਪਤਾ ਸੀ ਕਿੱਥੇ ਮੱਥਾ ਟੇਕਣਾ ਕੀ ਕਰਨਾ ਉਹ ਭਰਾਵੋ 1 ਸਾਲ ਨਵੇਂ ਬੰਦਿਆਂ ਨੂੰ ਲੈ ਗਿਆ ਨੈਣਾ ਦੇਵੀ ਨਵੇਂ ਬੰਦਿਆਂ ਨੂੰ ਅਤੇ ਨਵੇਂ ਬੰਦਿਆਂ ਨੂੰ ਉਹਨੇ ਬਣਾਇਆ ਫੁੱਦੂ ਸਿੱਧੀ ਗੱਲ ਮੈਂ ਤੁਹਾਨੂੰ ਕਹਿਣਾ ਉਹ ਜਦੋਂ ਨੈਣਾ ਦੇਵੀ ਨੂੰ ਕਿਹਾ ਰਾਹ 'ਚ ਜਿਹੜੀ ਟਾਹਲੀ ਆਇਆ ਕਰੇ ਉਹਨੂੰ ਮੱਥਾ ਟੇਕਦਾ ਕਰੇ ਰਾਹ 'ਚ ਜਿਹੜਾ ਕੋਈ ਦਰਖਤ ਆਇਆ ਕਰੇ ਨਿੰਮ ਉਹਨੂੰ ਮੱਥਾ ਟੇਕਦਾ ਕਰੇ ਉਹ ਜਿਹੜੇ ਨਵੇਂ ਬੰਦੇ ਸੀ ਉਹ ਵੀ ਪਿੱਛੇ ਲੱਗ ਕੇ ਮੱਥਾ ਟੇਕਦਾ ਕਰਨਾ ਉਹ ਕਹਿੰਦਾ ਉਹ ਪਤਾ ਕੀ ਕਹਿੰਦਾ ਕਹਿੰਦਾ ਬਈ ਜੇ ਨਿੰਮ ਜਾਂ ਟਾਹਲੀ ਨੂੰ ਨਾ ਮੱਥਾ ਟੇਕਿਆ ਮੱਥਾ ਲੱਗਣਾ ਨਹੀਂ ਕਹਿੰਦਾ ਟਾਹਲੀਆਂ ਨੂੰ ਨਿੰਮਾਂ ਨੂੰ ਸਾਰੇ ਕਾਹੇ ਨੂੰ ਮੱਥਾ ਟੇਕਣਾ ਬੂ ਫਿਰ ਨੈਣਾ ਦੇਵੀ ਮੱਥਾ ਲੱਗੂਗਾ ਉਹ ਤਾਂ ਇਹ ਵਾਰ ਜਾਂਦਾ ਸੀ ਉਹਨੂੰ ਹਿਸਾਬ ਕਿਤਾਬ ਸੀ ਉਹ ਜਿਹੜੇ ਨਵੇਂ ਬੰਦਿਆਂ ਨੂੰ ਲੈ ਕੇ ਗਿਆ ਸੀ ਉਹਨਾਂ ਨੂੰ ਫੁੱਦੂ ਬਣਾਤਾ ਉਵੇਂ ਮੱਥਾ ਉਹ ਦਰਖਤਾਂ ਨੂੰ ਕੰਧਾਂ ਨੂੰ ਟਕਾਈ ਗਿਆ ਕਹਿੰਦਾ ਫਿਰ ਨੈਣਾ ਦੇਵੀ ਮੱਥਾ ਲੱਗੂਗਾ ਉਹ ਗੱਲ ਆ ਭਰਾਵਾ ਭੇਡ ਚਾਲ ਆ ਜਿਨ੍ਹਾਂ ਨੂੰ ਤਾਂ ਪਤਾ ਵੀ ਮੈਂ ਐਮੀ ਵਿਰਕ ਦੀ ਫਿਲਮ 'ਚ ਨਿੱਕਾ ਜਲਦਾ 3 'ਚ ਕੰਮ ਕੀਤਾ ਸੀ ਉਹਦੇ 'ਚ ਮੇਰਾ ਡਾਇਲੋਗ ਸੀ ਮੱਸੀ ਵਾਲਾ ਉਹਦਾ ਉਹਨਾਂ ਨੂੰ ਤਾਂ ਪਤਾ ਚੱਲ ਉਹਦਾ ਕਹਿ ਲੈਣ ਮੱਸੀ ਵਾਲਾ ਉਹ ਤਾਂ ਮੈਂ ਜਿੱਥੇ ਵੀ ਜਾਣਾ ਗਾ ਮੰਨ ਲਾ ਸ਼ਹਿਰ 'ਚ ਜਾਣਾ ਪਿੰਡ ਜਾਣਾ ਉਹਦੀ ਕਹਿੰਦਾ ਮੱਸੀ ਵਾਲਾ ਆ ਗਿਆ ਮੱਸੀ ਵਾਲਾ ਆ ਗਿਆ ਜਿਹਨੂੰ ਪਤਾ ਉਹਦਾ ਕਹਿ ਦਿਓ ਉਹਨਾਂ ਦਾ ਮੈਂ ਗੁੱਸਾ ਵੀ ਨਹੀਂ ਮੰਨਦਾ ਜਿਹਨੂੰ ਪਤਾ ਹੀ ਨਹੀਂ ਭੇਡ ਚਾਲ ਉਹੀ ਹੁੰਦਾ ਉਹਨਾਂ ਦਾ ਯਾਰ ਗੁੱਸਾ ਆਉਂਦਾ ਥੋੜ੍ਹਾ ਜਿਹਾ ਠੀਕ ਆ ਆਹ ਗਲਤ ਕਮੈਂਟ ਵਾਲਿਆਂ ਨੂੰ ਫਿਰ ਕਹਿਣਾ ਗਾ ਵੀ ਆਹ ਜਿਹੜਾ ਕਮੈਂਟ ਜੇ ਗਲਤ ਇਹ ਸਾਡੇ ਤੁਹਾਡੇ ਘਰੇ ਮੈਂ ਟੀ ਵੀ 'ਤੇ ਨਹੀਂ ਆਉਂਦਾ ਨਾ ਹੀ ਮੈਂ ਸੁਣਵਾਂ ਦੀਆਂ ਵੀਡੀਓ ਦਿਖਾਉਣਾ ਗਾ ਜੇ ਨਹੀਂ ਮੇਰੀਆਂ ਵੀਡੀਓ ਪਸੰਦ ਚਿੱਤਰ ਹੋ ਜਾਓ ਨੰਬਰ 1 'ਤੇ ਇਹ ਗੱਲ ਆ ਵੀ ਚਿੱਤਰ ਹੋ ਜਾਓ ਨੰਬਰ 2 'ਤੇ ਤੁਹਾਨੂੰ ਮੈਂ ਦੱਸਦਾ ਵੀ ਇਹ ਕਮੈਂਟ ਤੁਸੀਂ ਮੇਰੇ ਨਹੀਂ ਇਕੱਲੇ ਗਲਤ ਕਰਦੇ ਕੋਈ ਬਾਬਾ ਲਾਈਵ ਹੋ ਜਾਵੇ ਕੋਈ ਗਾਇਕ ਹੋ ਜਾਵੇ ਕੋਈ ਚੈਨਲ ਵਾਲਾ ਹੋ ਜਾਵੇ ਸਾਰਿਆਂ ਦੇ ਕਮੈਂਟ ਗਲਤ ਕਰਦੇ ਹੋ ਇਹ ਵੀ ਹੁਣ ਮੈਂ ਦੱਸ ਦਿੰਦਾ ਵੀ ਇਹ ਕਮੈਂਟ ਗਲਤ ਕਰਨ ਵਾਲੇ ਕੌਣ ਆ ਬੰਦੇ ਗੱਲ ਸੁਣ ਲਓ ਵੀ ਕਮੈਂਟ ਗਲਤ ਕਰਨ ਵਾਲੇ ਕੌਣ ਬੰਦੇ ਹਰੇਕ ਦੇ ਥੱਲੇ ਕਰਦੇ ਆ ਜਾਂ ਤਾਂ ਇਹ ਘਰੋਂ ਇੰਨੇ ਅੱਕੇ ਖੜੇ ਆ ਵੀ ਇਹਨਾਂ ਨੇ ਇਹ ਮਾਥੀ ਲਿਆ ਨੈਗੇਟਿਵ ਸੋਚ ਆ ਵੀ ਇਹਨਾਂ ਨੇ ਹਰੇਕ ਨੂੰ ਗਾਲ ਕੱਢਣੀ ਆ ਸਾਰਿਆਂ ਨੂੰ ਕੱਢਦੇ ਇਹ ਨੰਬਰ 2 'ਤੇ ਕਮੈਂਟ ਵਾਲੇ ਮੈਂ ਦੱਸਦਾ ਮੰਨ ਲਓ ਤੁਹਾਡੇ ਪਿੰਡ ਸਦੀਕ ਦਾ ਖੜਾ ਲੱਗਿਆ ਪੂਰਾ ਵਧੀਆ ਸਦੀਕ ਦਾ ਖੜਾ ਚੱਲੀ ਜਾਂਦਾ ਲੋਕ ਦੇਖੀ ਜਾਂਦੇ ਆ ਜਿਹੜੇ ਸਿਆਣੇ ਘੈਂਟ ਜਿਵੇਂ ਇੰਜੀਨੀਅਰ ਜਾਂ ਪੜ੍ਹੇ ਲਿਖੇ ਉਹਨਾਂ ਦਾ ਟਾਈਮ ਹੀ ਨਹੀਂ ਹੁੰਦਾ ਇਹੋ ਜਿਹਾ ਕਮੈਂਟ ਕਮੁੰਟ ਗਲਤ ਕਰਨ ਦਾ ਨਾ ਹੀ ਉਹ ਦੇਖ ਲੈਣਗੇ ਵੀਡੀਓ ਛੱਡ ਦੇਣਗੇ ਉਹ ਗਲਤ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸਾਡੀਆਂ ਮਾਵਾਂ ਧੀਆਂ ਭੈਣਾਂ ਸਾਰੀਆਂ ਐੜਾ ਉਹ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਘਰਦਿਆਂ ਕੋਲ ਵੀ ਕਮੈਂਟ ਜਾਣਗੇ ਇਹ ਕਮੈਂਟ ਕਰਨ ਵਾਲੇ ਬੰਦੇ 12,800 ਪਿੰਡ ਆ ਹਰੇਕ ਪਿੰਡ 'ਚ 2-3 ਹੁੰਦੇ ਆ ਪਤਾ ਕਿਹੜੇ ਹੁੰਦੇ ਆ ਇਹ ਪੂਰਾ ਵਧੀਆ ਸਦੀਕ ਦਾ ਖਾੜਾ ਲੱਗੀ ਜਾਂਦਾ ਹੁੰਦਾ ਪੂਰਾ ਘੈਂਟ ਗਾਣੇ ਚੱਲੀ ਜਾਂਦੇ ਹੁੰਦੇ ਆ ਜਿਹੜੇ ਤਾਂ ਸਿਆਣੇ ਬੰਦੇ ਆ ਉਹ ਜਾਂ ਤਾਂ ਸਦੀਕ ਨੂੰ ਦੇਖੀ ਜਾਂਦੇ ਆ ਜੇ ਸਦੀਕ ਨਹੀਂ ਵਧੀਆ ਲੱਗਦਾ ਕੋਈ ਮਰਜ਼ੀ ਗਾਇਕ ਲਾ ਲਓ ਜੇ ਨਹੀਂ ਵਧੀਆ ਲੱਗਦਾ ਉਹ ਘਰੇ ਵਗ ਜਾਂਦੇ ਵੀ ਪੱਠੇ ਪੁੱਠੇ ਪਾਉਂਦੇ ਆ ਠੀਕ ਆ ਉਹ ਐਂ ਹੁੰਦਾ ਸਿਸਟਮ ਜਿਹੜੇ ਵਾਲੇ ਆ ਜੇ ਪਿੰਡ 'ਚ 2 ਕੁ ਬੰਦੇ ਹੁੰਦੇ ਜਿਹੜੇ ਲੜਾਕੂ ਜਿਹੜੇ ਹਰੇਕ ਗੱਲ 'ਚ ਇਹਨਾਂ ਨੇ ਰੋੜਾ ਬਣਨਾ ਹੁੰਦਾ ਗਲਤ ਹੀ ਬੋਲਣਾ ਹੁੰਦਾ ਉਹ ਸਦੀਕ ਦੇ ਅਖਾੜੇ 'ਚ ਸਦੀਕ ਕੰਨੀ ਕੁਰਸੀ ਛੱਡ ਦੇਣਗੇ ਵੀ ਤੂੰ ਖਾੜਾ ਨਾ ਲਾ ਇਹ ਕਮੈਂਟ ਵਾਲੇ ਤਾਂ ਉਹ ਆ ਗਲਤ ਠੀਕ ਆ ਹੁਣ ਗੱਲ ਇਹੀ ਆ ਵੀ ਭਾਈ ਮੱਸੀ ਵਾਲਾ ਰੰਧਾਵਾ ਮੈਨੂੰ ਨਾ ਕਿਹਾ ਕਰੋ ਨਾ ਕਿਹਾ ਕਰੋ ਜਿਹਨੇ ਗਲਤ ਕਮੈਂਟ ਕਰਨੇ ਉਹ ਪੇਜ ਛੱਡੋ ਤਿੱਤਰ ਹੋ ਤੁਹਾਨੂੰ ਮੈਂ ਕਾਰਡ ਨਹੀਂ ਦਿੱਤਾ ਵਿਆਹ ਦਾ ਕਾਰਡ ਨਹੀਂ ਦਿੱਤਾ ਵੀ ਕਾਰਡ ਦਿੱਤਾ ਮੇਰੇ ਪੇਜ 'ਤੇ ਆ ਜਾਓ ਤੁਹਾਨੂੰ ਮੈਂ ਕਾਰਡ ਨਹੀਂ ਦਿੱਤਾ ਨਾ ਆਓ ਮੈਂ ਤੁਹਾਡੇ ਘਰੇ ਟੀ ਵੀ 'ਤੇ ਨਹੀਂ ਚੱਲਦਾ ਘਰੇ ਤੁਹਾਡੇ ਸੀ ਡੀ ਦੇ ਤਵੇ ਨਹੀਂ ਆਉਂਦੇ ਧੱਕੇ ਨਾਲ ਤੁਹਾਡੇ ਤੁਹਾਨੂੰ ਮੈਂ ਦਿਖਾਉਂਦਾ ਨਹੀਂ ਠੀਕ ਆ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਹੀਂ ਵੀਡੀਓ ਪਸੰਦ
ਤਿੱਤਰ ਹੋ ਜਾਓ, ਠੀਕ ਹੈ। ਗਲਤ ਕਮੈਂਟ ਕਰੋਗੇ ਤੁਹਾਨੂੰ ਮੈਂ ਵੀ ਗਲਤ ਬਣੂ, ਮੁੜ ਕੇ ਸਾਡੇ ਤੁਹਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗੂ ਵੀ ਰੰਧਾਵੇ ਨੇ ਇਹਨੂੰ ਗਲਤ ਬੋਲਤਾ, ਤੁਹਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਪਤਾ ਲੱਗੂ, ਠੀਕ ਆ। ਫਿਰ ਇੱਕ ਗੱਲ ਹੋਰ ਹੈ, ਜੇ ਤੁਸੀਂ ਗਲਤ ਕਮੈਂਟ ਕਰਦੇ ਹੋ, ਗਾਲਾਂ ਕੱਢਦੇ ਹੋ, ਕਿਸੇ ਇਕੱਲੇ ਮੈਨੂੰ ਨਹੀਂ ਕੱਢਦੇ, ਸਾਰਿਆਂ ਨੂੰ ਕੱਢਦੇ, ਤੁਹਾਨੂੰ ਕੋਈ ਪਸੰਦ ਹੀ ਨਹੀਂ, ਤੁਸੀਂ ਨੈਗੇਟਿਵ ਸੋਚ ਵਾਲੇ ਬੰਦੇ ਹੋ। ਫਿਰ ਜਦ ਨਾ ਐਂ ਦੇਖਦਾ ਵੀ ਮੇਰੀ ਮਾਸੀ ਦੀ ਕੁੜੀ ਐੜਾ, ਤਾਏ ਦੀ ਕੁੜੀ ਐੜਾ, ਭੂਆ ਦੀ ਵੀ, ਉਹਨੂੰ ਪਤਾ ਲੱਗੂ ਵੀ ਗਲਤ ਕਮੈਂਟ ਕਿੰਨੀ ਭੈੜੀ ਗੰਦੀ ਗਾਲ ਕੱਢਦੇ ਆ, ਫੇਕ ਐੜੀਆਂ ਬਣਾ ਕੇ ਆ ਜਾਂਦੇ ਆ, ਠੀਕ ਆ। ਬਸ ਗੱਲਾਂ ਬਾਤਾਂ ਇਹ ਵੀ ਮੈਨੂੰ ਮੱਸੀ ਵਾਲਾ ਰੰਧਾਵਾ ਨਾ ਕਿਹਾ ਕਰੋ, ਅਤੇ ਜਿੱਥੇ ਵੀ ਜਾਂਦਾ ਸ਼ਹਿਰ ਕਿਤੇ ਵੀ ਇਕੱਠ ਹੁੰਦਾ ਉਹਦੀ ਕਹਿੰਦੇ ਮੱਸੀ ਵਾਲਾ ਰੰਧਾਵਾ ਆ ਗਿਆ, ਫਿਰ ਨਾ ਕਹੋ ਇੱਕ ਦੇ ਸਾਂਪ ਪਾਤੀ, ਇਹ ਗੱਲ ਨਾ ਕਹੋ, ਠੀਕ ਆ। ਮੈਨੂੰ ਪਤਾ ਉਹ ਫਿਲਮ 'ਚ ਰੋਲ ਆ ਨਿੱਕਾ ਜਲ ਦਾ, 3 ਚਾਹੇ ਤਾਂ ਮੇਰੀਆਂ ਵੱਡੀਆਂ ਫਿਲਮਾਂ 50 ਆਉਣ ਵਾਲੀਆਂ, ਸਾਰਿਆਂ 'ਚ ਮੇਰੇ ਡਾਇਲੌਗ ਹੋਣਗੇ, ਫਿਰ ਤਾਂ ਮੇਰਾ ਰੋਜ਼ ਨਵਾਂ ਨਾਂ ਰੱਖ ਲਿਆ ਕਰੋ, ਰੋਜ਼ ਨਵਾਂ ਨਾਂ ਰੱਖਿਆ ਕਰੋ। ਪਹਿਲਾਂ ਹੁਣ ਨਿੱਕਾ ਜਲ ਦਾ 3, ਚਲੋ ਸਿਨੇਮਿਆਂ 'ਚ ਮੈਂ ਮੰਨਦਾ ਵੀ ਸਿਨੇਮਿਆਂ 'ਚ ਮੰਡੀਰ ਨੇ ਕੂਕਾਂ ਮਾਰੀਆਂ ਬਹੁਤ, ਠੀਕ ਹੈ, ਮੱਸੀ ਵਾਲਾ ਕਹਿ ਕੇ ਪਤੰਦਰੋ, ਪਰ ਹੁਣ ਤਾਂ ਖੜਾ ਛੱਡ ਦਿਓ, ਐਂ ਤਾਂ ਫਿਰ ਮੇਰੀਆਂ ਫਿਲਮਾਂ 50 ਆਉਂਦੀਆਂ ਵੱਡੀਆਂ ਸਿਨੇਮਿਆਂ 'ਚ, ਉੱਥੋਂ ਮੇਰਾ ਨਾਂ ਰੱਖ ਲਿਆ ਕਰੋ ਰੋਜ਼ ਨਵਾਂ, ਫਿਰ ਤਾਂ ਕਰਤੇ ਕਾਮਯਾਬ ਤੁਸੀਂ, ਫਿਰ ਤਾਂ ਨਾਂ ਰੋਜ਼ ਨਵਾਂ ਰੱਖਿਆ ਕਰੋ, ਠੀਕ ਹੈ। ਬਹੁਤ ਸਿਆਣੇ ਹੋ, ਹੋਰ ਦੱਸੋ ਗੱਲਬਾਤ। ਆ ਥੱਲੇ ਇੱਕ ਚਾਚਾ ਕਮੈਂਟ ਕਰੀ ਜਾਂਦਾ ਮੱਸੀ ਵਾਲਾ ਕੀ ਮਸਲਾ, ਮੈਂ ਚਾਚਾ ਬਾਈ ਤੈਨੂੰ ਹੀ ਕਹਿਤਾ, ਤੂੰ ਮੇਰਾ ਚਾਚਾ ਚੂਚਾ ਨਹੀਂ ਲੱਗਦਾ, ਮੈਂ ਤਾਂ ਊਂ ਕਹਿਤਾ ਵੀ ਆ ਮੱਸੀ ਵਾਲਾ ਕੀ ਮਸਲਾ। ਉਹ ਪਤੰਦਰਾ ਸਾਰੀ ਰਾਤ ਕਹਿੰਦਾ ਰਮਾਇਣ ਦੇਖੀ ਗਿਆ ਤੜ ਕੇ ਤੇਰੇ ਵਰਗਾ, ਕਹਿੰਦਾ ਵੀ ਹਨੂੰਮਾਨ ਕੌਣ ਆ, ਜੋ ਕਹੀਦਾ ਜਾਂਦਾ ਵੀ ਮੈਂ ਫਿਲਮ 'ਚ ਮੇਰਾ ਡਾਇਲੌਗ ਸੀ ਯਾਰ, ਦੁਬਾਰੇ ਦੁਬਾਰੇ ਪੁੱਛੀ ਜਾਂਦਾ, ਦੁਬਾਰੇ ਦੁਬਾਰੇ ਪੁੱਛੀ ਜਾਂਦਾ ਵੀ ਮੱਸੀ ਵਾਲਾ ਤੈਨੂੰ ਕੀ ਕਹਿੰਦੇ ਆ। ਪਤੰਦਰਾ ਸਾਰੀ ਫਿਲਮ ਦੇਖ ਲਈ, ਲਾਸਟ ਕਹਿੰਦਾ ਡੈਣੀ ਕੌਣ ਸੀ, ਸਾਰੀ ਫਿਲਮ ਦੇਖ ਲਈ ਕਹਿੰਦਾ ਮਰੇਸ਼ਪੁਰੀ ਨੂੰ ਕਿਹਨੇ ਮਾਰਿਆ। ਪਤੰਦਰਾ ਦੱਸੀਦਾ ਜਾਂਦਾ ਪੈਂਦੇ ਪੈਂਦੇ ਵੀ ਭਰਾ ਵਾ ਮੈਨੂੰ ਮੱਸੀ ਵਾਲਾ ਤਾਂ ਕਹਿੰਦੇ ਆ, ਸਿਨੇਮਿਆਂ 'ਚ ਗਰਦ ਅਠਾਈ ਵੀ ਰੰਧਾਵੇ ਦੀ ਐਮੀ ਵਿਰਕ ਨਾ ਕੇ ਨਿੱਕਾ ਜਲ ਦਾ 3 'ਚ ਤਾਂ ਕਹਿੰਦੇ ਆ ਮੱਸੀ ਵਾਲਾ। ਆਹ ਦੁਬਾਰੇ ਫਿਰ ਕਿਸੇ ਨੇ ਲਿਖਤਾ, ਸਾਰੇ ਜਿੰਨੇ ਕਮੈਂਟ ਕਰਦੇ ਸਾਰਿਆਂ ਨੂੰ ਤਾਂ ਪਹਿਲਾਂ ਮੈਂ ਚਾਚਾ ਕਹਿਣਾ, ਠੀਕ ਆ। ਉਹ ਚਾਚਾ ਤੈਨੂੰ ਮੈਂ 50 ਵਾਰੀ ਕਹਿਤਾ, 50 ਵਾਰੀ ਕਹਿਤਾ ਚਾਚਾ ਮੈਨੂੰ ਮੱਸੀ ਵਾਲਾ ਤਾਂ ਕਹਿੰਦੇ ਉਹ ਫਿਲਮ 'ਚ ਆਇਆ ਸੀਗਾ, ਠੀਕ ਹੈ। ਤੇਰੇ ਵਰਗਾ ਸਾਰੀ ਗਾਦਰ ਫਿਲਮ ਦੇਖੀ ਜਾਂਦਾ, ਲਾਸਟ ਦੇਖਣਾ ਨਲਕਾ ਕਿਹਨੇ ਪੱਟਤਾ, ਪਤੰਦਰਾ ਸੰਨੀ ਦੌਲ ਨਹੀਂ ਪੱਟਿਆ, ਮਾੜੇ ਝੱਬੂ ਇਕੱਠੇ ਹੋਏ ਆ ਵਿੱਚ ਤਾਂ ਯਾਰ, ਸਮਝ ਹੀ ਨਹੀਂ ਆਉਂਦੀ ਸੋਚ ਕੀ ਕਰੀ ਜਾਂਦੇ ਹੋ, ਠੀਕ ਆ। ਗੱਲ ਇਹ ਵੀ ਮੈਨੂੰ ਮੱਸੀ ਵਾਲਾ ਨਾ ਕਿਹਾ ਕਰੋ, ਇਦਾਂ ਸਾਂਪ ਪਾਊ ਇੱਕ ਅੱਧੇ ਦੇ ਫਿਰ ਨਾ ਕਿਹੋ, ਠੀਕ ਆ। ਇਹ ਫਿਲਮ 'ਚ ਸੀਗਾ ਡਾਇਲੌਗ, ਠੀਕ ਆ ਬੋਲਤਾ, ਮੇਰੀਆਂ ਤਾਂ ਵੱਡੀਆਂ 50 ਫਿਲਮਾਂ ਆਉਂਦੀਆਂ, ਫਿਰ ਸਿਨੇਮਿਆਂ 'ਚ ਮੇਰਾ ਨਾਂ ਨਵਾਂ ਪਕਾ ਲਿਆ ਕਰੋ, ਠੀਕ ਹੈ। ਬਹੁਤ ਸਿਆਣੇ ਹੋ। ਆਹ ਫਿਰ ਕਹਿੰਦਾ ਬਈ ਦੱਸੀ ਦਾਵਣ ਚਾਚਾ, ਕਹਿੰਦਾ ਤੈਨੂੰ ਚਾਚੀ ਕਹੂੰ ਜਿਹੜੇ ਜਿਹੜੇ ਕਮੈਂਟ ਕਰਨਗੇ। ਇੱਕ ਆ ਥੱਲੇ ਕਹਿੰਦਾ ਮਣੀ ਸਿੱਧੂ ਸੇਰੋ, ਹਾਂ ਮਣੀ ਸਿੱਧੂ ਸੇਰੋ ਚਾਚਾ, ਹੋਰ ਦੱਸ। ਸਾਰਿਆਂ ਨੂੰ ਚਾਚਾ ਕਹਿਣਾ ਅੱਜ, ਜਿੰਨੇ ਵੀ ਕਮੈਂਟ ਕਰਦੇ ਹੋ ਤੁਸੀਂ, ਚਾਚਾ ਮੈਨੂੰ ਮੱਸੀ ਵਾਲਾ ਤਾਂ ਕਹਿੰਦੇ ਆ, ਸਿਨੇਮਿਆਂ 'ਚ ਰੰਧਾਵੇ ਨੇ ਗਰਦ ਫੜਾਈ ਆ, ਤੈਨੂੰ 50 ਵਾਰੀ ਕਹਿਤਾ, ਠੀਕ ਹੈ। ਜਿਹੜਿਆਂ ਨੇ ਹੋਰ ਕਮੈਂਟ ਗਲਤ ਕਰਨੇ ਆ, ਤਿੱਤਰ ਹੋ, ਤੁਹਾਡੇ ਘਰ ਨਹੀਂ ਮੈਂ ਵੀਡੀਓ ਫੜਾ ਕੇ ਆਉਂਦਾ, ਨਾ ਹੀ ਮੈਂ ਤੁਹਾਨੂੰ ਕਾਰਡ ਦੇ ਕੇ ਆਉਂਦਾ, ਤੁਸੀਂ ਤਿੱਤਰ ਹੋ ਪੇ ਛੱਡੋ, ਤੁਸੀਂ ਹਰੇਕ ਨੂੰ ਗਲਤ ਕਰਦੇ ਹੋ। ਜੇ ਕੋਈ ਬੰਦਾ ਬਾਬਾ ਆ ਜੇ ਵਧੀਆ ਗੁਣਗਾਨੀ ਆ, ਉਹਨੂੰ ਵੀ ਗਾਲ ਕੱਢਦੇ ਵੀ ਆਪਦੇ ਪੈਸੇ ਬਣਾਉਣ ਖਾਤਰ ਵਧੀਆ ਚੰਗੀਆਂ ਗੱਲਾਂ ਸੁਣਾਉਂਦਾ। ਜੇ ਕੋਈ ਵਧੀਆ ਫਿਲਮ ਕੱਢਦੇ ਕੋਈ, ਕਹਿੰਦਾ ਯਾਰ ਤਾਂ ਆਪਦੇ ਪੈਸੇ ਬਣਾਉਣੇ, ਇਹਨੇ ਆਪਦੀ ਪਬਲਿਸਿਟੀ ਲੈਣੀ ਅਲਾ, ਉਹ ਕਿਸੇ ਦਾ ਖੁਸ਼ ਹੋ ਜਾਓ। ਹਾਂ ਫਿਰ ਇੱਕ ਹੋਰ ਆ ਗਿਆ ਨਵਜੋਤ ਨਵੀਂ, ਕਿਹੜਾ ਹੈਗਾ ਆਹ ਸਤਵੀਰ ਸਿੰਘ ਚਾਚਾ, ਕਹਿੰਦਾ ਕਹਿੰਦਾ ਵੀ ਮੱਸੀ ਵਾਲਾ ਰੰਧਾਵਾ, ਕਹਿੰਦਾ ਤੈਨੂੰ 50 ਵਾਰੀ ਦੱਸਤਾ ਵੀ ਮੈਨੂੰ ਦੁਬਾਰੇ ਨਾ ਕਹਾ ਦੀ ਵੀ ਗਾਦਰ ਫਿਲਮ ਤੇਰੇ ਵਰਗਾ ਸਾਰੀ ਸਾਰੀ ਰਾਤ ਦੇਖੀ ਆ ਤੜ ਕੇ, ਕਹਿੰਦਾ ਨਲਕਾ ਕਿਹਨੇ ਪੱਟਿਆ ਸੀ। ਉਹ ਮੱਸੀ ਵਾਲਾ ਮੈਨੂੰ ਤਾਂ ਕਹਿੰਦਾ ਮੈਂ ਗਰਦ ਉਠਾਈ ਆ ਸਿਨੇਮਿਆਂ 'ਚ, ਰੰਧਾਵੇ ਨੇ ਗਰਦ ਉਠਾਈ ਆ ਨਿੱਕਾ ਜ਼ਿਆਦਾ 3 ਐਮੀ ਵਿਰਕ, ਜਿਹੜਾ ਹੁਣ ਮੈਨੂੰ ਮੱਸੀ ਵਾਲਾ ਰੰਧਾਵਾ ਕਹੂਗਾ, ਫਿਰ ਦੇਖ ਲਓ ਫਿਲਮਾਂ ਵਾਲਾ ਰੰਧਾਵਾ ਕਿਹੜਾ ਕਰੋ, ਕਿੱਡੀ ਗੱਲ ਆ। ਅਤੇ ਮੇਰਾ ਰੋਲ ਵੀ ਉੱਥੇ ਬੜਾ ਭੈੜਾ ਸੀ, ਸਿਨੇਮੇ ਲਏ ਵੇ ਰੰਧਾਵੇ ਦੇ ਸਿਨੇਮੇ, 50 ਫਿਲਮਾਂ ਵੱਡੀਆਂ ਹੋਰ ਆਉਂਦੀਆਂ, ਫਿਰ ਮੈਨੂੰ ਸਾਰੇ ਨਵੇਂ ਨਵੇਂ ਨਾਂ ਰੱਖੀ ਜਾਓਗੇ, ਕਮਾਲ ਆ ਯਾਰ। ਰੰਧਾਵਾ ਠੋਕ ਕੇ ਰੱਖ, ਠੋਕ ਹੀ ਰੱਖਣੇ ਆ ਬਾਈ, ਤੂੰ ਦੇਖਦਾ ਜਾ। ਗੁਰਮੀਤ ਭੁੱਲਰ ਇਹ ਵੀ ਮੈਂ ਚਾਚੀ ਕਹੂੰ ਇਹਨੂੰ, ਮੈਂ ਪਰਮਿੰਦਰ ਸਿੰਘ ਨੂੰ ਵੀ ਮੈਂ ਕਹੂੰ ਪਰਮਿੰਦਰ ਸਿੰਘ ਕਿੱਥੋਂ ਆ ਚਾਚਾ ਮੱਸੀ, ਤੂੰ ਫੇਰ ਕਹਿਤਾ ਨਾ ਕਹਿ ਨਾ ਕਹਿ, ਇੱਧਰੋਂ ਸਲੋਕ ਨਾ ਸੁਣ ਲਈ ਮੈਥੋਂ, ਨਾ ਕਹਿ ਤੈਨੂੰ 50 ਵਾਰੀ ਕਹਿਤਾ ਮੈਂ, ਕਮਾਲ ਆ। ਮੱਸੀ ਦਾ ਕੁਲਦੀਪ ਸਿੰਘ, ਕੁਲਦੀਪ ਸਿੰਘ ਆ ਚਾਚਾ ਪਤਾ ਨਹੀਂ ਕਿੱਥੋਂ ਆ, ਕਹਿੰਦਾ ਮੱਸੀ ਸਾਰੇ ਕਮੈਂਟਰਾਂ ਨੂੰ ਚਾਚਾ ਕਹਿਣਾ ਅੱਜ, ਕਹਿੰਦਾ ਮੱਸੀ ਦਾ ਕੀ ਮਸਲਾ, ਤੈਨੂੰ ਕਹਿ ਤਾਂ ਰੰਧਾਵਾ ਸਿਨੇਮਿਆਂ 'ਚ ਰੋਜ਼ ਗਰਦ ਉਠਾਇਆ ਕਰੂ, ਬਹੁਤ ਜ਼ਿਆਦਾ ਫਿਲਮਾਂ ਆਉਂਦੀਆਂ ਵੱਡੀਆਂ। ਆਹੀ ਗੱਲਾਂ ਬਾਤਾਂ ਜੀ, ਮੁੜ ਕੇ ਮੱਸੀ ਵਾਲਾ ਨਹੀਂ ਕਹਿਣਾ ਤੁਹਾਨੂੰ, ਕੇਰਾਂ ਕਹਿਤਾ, ਜਿਹਨੂੰ ਨਹੀਂ ਵਧੀਆ ਲੱਗਦਾ ਉਹ ਨਾ ਮੇਰੀ ਵੀਡੀਓ ਦੇਖੋ, ਡਿਲੀਟ ਕਰ ਦਿਓ।